ਮੈਂ ਹਰਦੀਪ ਸਿੰਘ ਗਿੱਲ, ਹਲਕਾ ਇੰਚਾਰਜ ਜੰਡਿਆਲਾ ਗੁਰੂ, ਜਨਰਲ ਸਕੱਤਰ ਪੰਜਾਬ BJP। ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਯੋਧਾ ਨਗਰੀ ਵਿਖੇ ਭਾਰਤੀ ਜਨਤਾ ਪਾਰਟੀ ਨਾਲ ਸਰਦਾਰ ਸ਼ੇਰ ਸਿੰਘ ਯੋਧਾ ਨਗਰੀ ਦੇ ਗ੍ਰਹਿ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਨਾਲ ਕਰੀਬ 70-80 ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਆ। ਭਾਰਤੀ ਜਨਤਾ ਪਾਰਟੀ, ਲੋਕ ਜਦੋਂ ਪਹਿਲਾਂ ਕਹਿੰਦੇ ਸੀ ਕਿ ਸ਼ਹਿਰਾਂ ਦੀ ਪਾਰਟੀ, ਭਾਰਤੀ ਜਨਤਾ ਪਾਰਟੀ ਦਾ ਹਰ ਪਿੰਡ ਹਰ ਵਰਗ ਵਿੱਚ ਇੰਨਾ ਜੋਸ਼ ਹੈ ਕਿ BJP ਇਸ ਵਾਰ ਜਿਹੜਾ ਮੋਦੀ ਸਾਹਿਬ ਦਾ ਨਾਰਾ ਮਾਈ ਦੇ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪਿਛਲੇ ਲੰਮੇ ਸਮੇਂ ਤੋਂ ਲਗਭਗ ਇੱਕ ਹਫ਼ਤੇ ਤੋਂ ਅਲੱਗ ਅਲੱਗ ਪਿੰਡਾਂ 'ਚ ਜਾਣ ਦਾ ਸੁਭਾਗ ਪ੍ਰਾਪਤ ਹੋ ਰਿਹਾ, ਅਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਵਾ, ਜਿਸ ਤਰ੍ਹਾਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਤਰੱਕੀ ਦੀ ਟ੍ਰੇਨ ਦੇ ਵਿੱਚ ਸਵਾਰ ਹੋਣ ਵਾਸਤੇ ਹਰ ਪਿੰਡ ਦੇ ਵਿੱਚੋਂ ਸਾਨੂੰ ਬਹੁਤ ਵੱਡਾ ਹੁਲਾਰਾ ਮਿਲ ਰਿਹਾ, ਔਰ ਅੱਜ ਯੋਧਾ ਨਗਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਭਗ 70-80 ਪਰਿਵਾਰ BJP ਦਾ ਪਰਿਵਾਰ ਜੁਆਇਨ ਕੀਤੇ ਨੇ, ਇਸ ਦੇ ਨਾਲ ਮੈਂ ਇਹ ਗੱਲ ਗਰੰਟੀ ਨਾਲ ਤੁਹਾਨੂੰ ਕਹਿ ਸਕਦਾ ਵਾਂ ਕਿ ਪੰਜਾਬ ਦੇ ਵਿੱਚ ਐਤਕੀ ਜਿਹੜੇ ਨਤੀਜੇ ਨੇ ਪਾਰਲੀਮੈਂਟ ਦੇ ਉਹ ਹੈਰਾਨ ਕਰਨ ਵਾਲੇ ਹੋਣਗੇ, ਔਰ ਜਿਹੜਾ ਕਿ ਪਰਸੈਪਸ਼ਨ ਬਣਾਈ ਜਾਂਦੀ ਆ ਕਿ ਪਿੰਡਾਂ ਦੇ ਵਿੱਚ ਮੋਦੀ ਸਾਹਿਬ ਦਾ ਵਿਰੋਧ ਹੋ ਰਿਹਾ, ਬਿਲਕੁਲ ਵਿਰੋਧ ਨਹੀਂ ਹੋ ਰਿਹਾ। ਇੱਕ ਵੱਡੇ ਲੈਵਲ ਦੇ ਉੱਤੇ ਲੋਕ ਜਿਹੜੇ ਆ ਮੋਦੀ ਸਾਹਿਬ ਦੀ ਚੱਲਦੀ ਟ੍ਰੇਨ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ, ਜਿਹੜੀ ਤਰੱਕੀ ਦੀ ਟ੍ਰੇਨ ਲੈ ਕੇ ਉਹ ਮੋਦੀ ਸਾਹਿਬ ਚੱਲ ਰਹੇ ਨੇ, ਪੰਜਾਬ ਉਹਦਾ ਹਮ ਸਫ਼ਰ ਬਣ ਕੇ ਤਕੜੇ ਹੋ ਕੇ ਐਤਕੀ ਪੰਜਾਬ ਜਿਹੜਾ ਆ 13 ਦੀਆਂ 13 ਸੀਟਾਂ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ 'ਚ ਪਾਏਗਾ। ਔਰ ਇਸ ਵਾਰ ਜਿਸ ਤਰ੍ਹਾਂ ਮੈਂ ਦੇਖ ਰਿਹਾ ਕਿ ਲੋਕਾਂ ਨੇ ਮਨ ਬਣਾਇਆ ਹੋਇਆ ਵਾ, ਉਹ ਹੈਰਾਨ ਕਰਨ ਵਾਲੇ ਫੈਸਲੇ ਹੋਣਗੇ ਐਤਕੀ ਲੋਕਾਂ ਦੇ, ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਦੇਸ਼ ਦੇ ਵਿੱਚ ਜਿੱਥੇ ਤੈਅ ਆ, ਉੱਥੇ 13 ਦੀਆਂ 13 ਸੀਟਾਂ ਭਾਜਪਾ ਜਿੱਤ ਕੇ ਪੰਜਾਬ ਦੇ ਵਿੱਚੋਂ ਐਤਕੀ ਜਿਹੜੀ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਉਹਦੇ ਵਿੱਚ ਪੰਜਾਬ ਦੇ 13 MP ਸ਼ਮੂਲੀਅਤ ਕਰਨਗੇ, ਔਰ ਪੰਜਾਬ ਦਾ ਪੱਖ ਰੱਖ ਕੇ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾਣ ਦਾ ਕੰਮ ਕਰਨਗੇ। ਕੀ ਕਹਿਣਾ ਚਾਹੁੰਦੇ ਹੋ? ਅੱਜ ਸਾਡੇ ਸੂਬੇ ਦੇ SC ਵਿੰਗ ਦੇ ਜਨਰਲ ਸਕੱਤਰ ਅਤੇ ਹਲਕਾ ਜੰਡਿਆਲਾ ਦੇ ਇੰਚਾਰਜ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਗਿੱਲ ਜੀ ਦੇ ਨਾਲ ਪਿੰਡ ਯੋਧਾ ਨਗਰੀ ਵਿੱਚ ਵਿਖੇ ਆਉਣ ਦਾ ਮੌਕਾ ਮਿਲਿਆ, ਔਰ ਇੱਥੇ ਆ ਕੇ ਜਿਹੜਾ ਲੋਕਾਂ ਵਿੱਚ ਜੋਸ਼ ਵੇਖਣ ਨੂੰ ਮਿਲਿਆ ਵਾ, ਉਹ ਇੱਕ ਸ਼ਲਾਘਾਯੋਗ ਹੈ ਕਿ ਜਿਸ ਤਰ੍ਹਾਂ ਇੱਕ ਆਮ ਪ੍ਰਚਾਰ ਕੀਤਾ ਜਾ ਰਿਹਾ ਕਿ ਮੋਦੀ ਸਾਹਿਬ ਦਾ ਪਿੰਡਾਂ 'ਚ ਵਿਰੋਧ ਹੈ, ਮੈਂ ਕਹਿੰਦਾ ਪਿੰਡਾਂ ਵਿੱਚ ਜਿੰਨਾ ਕੁ ਸਮਰਥਨ ਪਿੰਡਾਂ ਵਿੱਚ ਲੋਕਾਂ ਨੂੰ ਮਿਲ ਰਿਹਾ, ਔਰ ਖਾਸ ਕਰਕੇ ਜਿਹੜੇ ਸਾਡੇ SC BC ਸਮਾਜ ਹੈ ਉਹ ਮੋਦੀ ਦੇ ਨਾਲ ਉਹਨੇ ਮਨ ਬਣਾਇਆ ਵਾ ਕਿ ਜੇ ਹੁਣ ਜੋ ਉਹ ਸਿਰਫ ਇੱਕ ਇੰਤਜ਼ਾਰ ਕਰ ਰਹੇ ਉਸ ਦਿਨ ਦਾ ਕਿ ਕਿਸ ਦਿਨ ਵੋਟਾਂ ਆਉਣ, ਉਹਨਾਂ ਨੇ ਪੂਰਾ ਮਨ ਬਣਾਇਆ ਵਾ ਕਿਉਂਕਿ ਉਹਨਾਂ ਨੇ ਵੇਖ ਲਿਆ ਵਾ ਕਿ ਜਿਸ ਪ੍ਰਕਾਰ ਦੂਸਰੀਆਂ ਸਟੇਟਾਂ ਇਸ ਤਰ੍ਹਾਂ ਤਰੱਕੀ ਦੇ ਰਾਹ 'ਚ ਜਾ ਰਹੀਆਂ ਨੇ, ਅਤੇ ਅਸੀਂ ਅਸੀਂ ਪੰਜਾਬ ਨੂੰ ਉਸ ਤਰੱਕੀ ਦੇ ਰਾਹ 'ਚ ਲਿਜਾਣਾ ਵਾ, ਪੰਜਾਬ ਸਟੇਟ ਪਿੱਛੇ ਨਾ ਰਹਿ ਜਾਏ, ਇਸ ਕਰਕੇ ਲੋਕਾਂ ਨੇ ਮਨ ਬਣਾਇਆ ਵਾ। ਮੈਂ ਇਸ ਅੱਜ ਇੱਥੇ ਆਉਣ 'ਤੇ ਮੇਰੇ ਨਾਲ ਸਾਡੇ ਸੂਬੇ ਦੇ ਜਨਰਲ ਸਕੱਤਰ BC ਮੋਰਚਾ ਸਰਦਾਰ ਮੰਜਲ ਸਾਹਿਬ ਜੀ ਵੀ ਇੱਥੇ ਆਏ ਨੇ, ਮੈਂ ਸਾਰਿਆਂ ਦਾ ਇੱਥੇ ਆਉਣ 'ਤੇ ਔਰ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪਿੰਡ ਯੋਧਾ ਨਗਰੀ ਦੇ ਵਿੱਚ ਸਾਡੇ ਭਾਰਤੀ ਜਨਤਾ ਪਾਰਟੀ ਨੂੰ ਬੜਾ ਵੱਡਾ ਬਲ ਮਿਲਿਆ। ਅੱਜ ਸਰਦਾਰ ਸ਼ੇਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਕਾਫੀ ਪਰਿਵਾਰਾਂ ਨੇ, ਭੈਣਾਂ ਨੇ, ਸਾਡੇ ਵੀਰਾਂ ਨੇ ਅੱਜ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆ। ਮੈਂ ਉਹਨਾਂ ਸਾਰੇ ਵੀਰਾਂ ਨੂੰ, ਭੈਣਾਂ ਨੂੰ ਪਾਰਟੀ ਦੇ ਵਿੱਚ ਆਉਣ 'ਤੇ ਜੀ ਆਇਆਂ ਆਖਦਾ, ਉਹਨਾਂ ਦਾ ਧੰਨਵਾਦ ਕਰਦਾ। ਅਤੇ ਸਾਨੂੰ ਆਸ ਹੈ ਕਿ ਇਸੇ ਤਰ੍ਹਾਂ ਜਿਵੇਂ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ ਇਸ ਵਾਰ 400 ਪਾਰ, ਇਹ 400 ਪਾਰ ਹੋ ਜਾਣਾ ਵਾ, ਕਿਉਂਕਿ ਲੋਕਾਂ ਦਾ ਉਤਸ਼ਾਹ ਵੇਖ ਕੇ, ਲੋਕਾਂ ਦਾ ਭਾਰਤੀ ਜਨਤਾ ਪਾਰਟੀ ਵੱਲ ਭੱਜ ਭੱਜ ਕੇ ਆਉਣਾ, ਇਸ ਗੱਲ ਤੋਂ ਇਹ ਪ੍ਰਤੀਕ ਆ ਮੋਦੀ ਸਾਹਿਬ ਇਸ ਵਾਰੀ ਬੜੀ ਵੱਡੀ ਬਹੁਮਤ ਦੇ ਨਾਲ ਫਿਰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ।